ਇਸ ਵੀਡੀਓ 'ਚ ਮੈਂ ਤੁਹਾਡੇ ਲੈ ਕੇ ਆਇਆ IPL ਮੈਚ VIP ਤਰੀਕੇ ਨਾਲ ਦੇਖਣ ਦਾ ਮੌਕਾ। ਹਾਂਜੀ, ਤੁਹਾਨੂੰ ਵੀ ਮਿਲ ਸਕਦੀ ਹੈ VIP ਕਪਲ ਟਿਕਟ ਸਿਰਫ 1 ਰੁਪਏ 'ਚ। ਐਂਡ ਤੱਕ ਬਣੇ ਰਹੇ, ਦੱਸਾਂਗੇ ਕੀ ਹਾਲ ਚਾਲ ਆ ਗਏ ਜੈਸਮਿਨ ਸੈਂਡਲਸ ਦੇ ਨਾਲ। ਟੈਲੈਂਟ ਦੇ ਨਾਲ ਆਓ, ਟੈਲੈਂਟ ਦੀ ਦੁਨੀਆ ਵੱਲ ਚੱਲੀਏ ਤੇ ਆਹਾ, ਜ਼ਿਆਦਾ ਹੀ ਉੱਚ ਕੋਟੀ ਦੇ ਸਟਾਰ ਬਣ ਚੁੱਕੇ ਹੋ। ਖਾਂਦੇ ਪੀਂਦੇ ਕਰਦੇ ਤੁਸੀਂ ਲੱਗਦੇ, ਉਹੀ ਤਾਂ ਜੀ ਗੱਲ ਮੈਂ ਨਹੀਂ ਲੱਗਣਾ। ਕਿਹੜਾ ਪੀਜ਼ਾ ਜਿਹੜਾ ਇੱਕ ਫਾੜੀ ਆਉਂਦੀ ਹੈ, ਜਾਂ ਫਿਰ ਬਾਕੀ ਪੀਜ਼ਾ ਖਾ ਲਿਆ ਜਾਂ ਇੱਕ ਫਾੜੀ ਖਾਣੀ ਸੀ। ਟੈਲੈਂਟ ਤਾਂ ਹੈ ਵੈਸੇ, ਪ੍ਰੋਡਕਸ਼ਨ ਤਕੜੀ ਆ। ਰੀਲਾਂ ਬਣਾਉਣ ਲਈ ਪੀਜ਼ਾ ਮੰਗਾਇਆ ਜਾਂਦਾ, ਪਹਿਲਾਂ ਪੀਜ਼ੇ ਦੀ ਫਾੜੀ ਆਈ ਫਿਰ ਰੀਲ ਬਣਾਈ। ਅਸੀਂ ਸ਼ੂਟ ਕਰਨ ਤੋਂ ਬਾਅਦ ਪੀਜ਼ਾ ਖਾਂਦੇ ਹਾਂ, ਸੇਮ ਹੀ ਹੈ, ਕੋਈ ਜ਼ਿਆਦਾ ਖਰਚਾ ਤਾਂ ਨਹੀਂ ਗਾ। ਦੂਰ ਕਰ ਦੇਵੀ ਨਾ, ਮਰ ਜਾਵਾਂਗੇ ਸੱਜਣਾ। ਮਰੇ ਤਾਂ ਹੈ ਨਹੀਂ ਫਿਰ ਹਜੇ ਤੱਕ, ਦੂਰ ਕਰਦੇ ਰੀਲਾਂ ਪਾਵਾਂਗੇ ਸੱਜਣਾ, ਤੇਰੇ ਤੋਂ ਉੱਤੇ ਫੋਲੋਵਰ ਕਰਕੇ ਦਿਖਾਵਾਂਗੇ ਸੱਜਣਾ, ਦਿਖਾਵਾਂਗੇ ਸੱਜਣਾ, ਦਿਖਾਵਾਂਗੇ ਸੱਜਣਾ। ਮੇਰਾ ਯਾਰ ਸੱਜਣ ਤੂੰ, ਓਹੋ ਹੋ, ਇੰਨੀ ਪਿਆਰੀ ਤੇ ਮਧੁਰ ਆਵਾਜ਼, ਕੀ ਗੱਲ, ਬਲਗਮ ਖਾਧੀ ਆ? ਫੀਲ ਤਾਂ ਐ ਲੈਂਦੀ ਆ ਜਿਵੇਂ ਨੇਹਾ ਕੱਕੜ ਹੁੰਦੀ ਆ। ਹਾਏ, ਸੋਹਣੇ ਸੋਹਣੇ ਦੋ ਬੈਗਸ ਰਿਸੀਵ ਹੋਏ ਅੱਜ ਮਾਰਨਿੰਗ, ਤੇ ਤੁਸੀਂ ਦੇਖ ਸਕਦੇ ਆ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਟ੍ਰੈਂਡ। ਮਾਰਨਿੰਗ ਦਾ ਕੀ ਮਤਲਬ, ਤੜਕੇ ਅਖਬਾਰਾਂ ਨਾਲ ਹੀ ਆ ਗਏ ਸੀ ਜਾਂ ਅਖਬਾਰ ਹੀ ਇਹਦੇ ਵਿੱਚ ਆਇਆ ਸੀ? ਟ੍ਰੈਂਡੀ ਬੈਗ ਹੈ ਦੋਨੋਂ ਹੀ, ਤੇ ਦੋਨੋਂ ਬਹੁਤ ਡਿਫਰੈਂਟ ਡਿਫਰੈਂਟ ਹੈ, ਮਤਲਬ ਇਹ ਥੋੜਾ ਜਿਹਾ ਸਪੇਸ਼ੀਅਸ ਹੈ, ਇਹਨੂੰ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਹਾਂ, ਕਿਤੇ ਲੌਂਗ ਟ੍ਰੈਵਲ ਕਰਨਾ ਹੋਵੇ, ਇਹਨੂੰ ਮੈਂ ਆਪਣੀ ਡੇਲੀ ਬੇਸਿਸ ਤੇ ਯੂਜ਼ ਕਰਦੀ ਹਾਂ। ਡੇਲੀ ਬੇਸਿਸ ਤੂੰ ਬੜਾ ਸਕੂਲ ਲੱਗੀ ਆ, ਤੜਕੇ ਤਿਆਰ ਹੋ ਕੇ ਤਾਂ ਘਰੋਂ ਆਏ ਨਿਕਲ ਜਾਂਦੇ ਆ ਜਿਵੇਂ ਆਂਗਣਵਾੜੀ 'ਚ ਲੱਗੀ ਹੁੰਦੀ ਆ, ਬਣਾਉਣੀਆਂ ਤਾਂ ਰੀਲਾਂ ਹੀ ਆ ਡੇਲੀ ਬੇਸਿਸ। ਇਹ ਕਿਹੜੇ ਹਾਸੇ ਆ ਜਿਹੜੇ ਹਜੇ ਤੱਕ ਵੀ ਕਿਸੇ ਪਾਸੇ ਚੱਲ ਰਹੇ ਆ? ਦਾਲ 'ਚ ਕੁਛ ਕਾਲਾ, ਅੱਛਾ ਦਾਲ ਹੀ ਕਾਲੀ ਮਾਂ ਦੀ ਆ, ਮੈਂ ਨਹੀਂ ਖਾਣੀ। ਰੂਦੀ ਤਾਂ ਸੱਜਣਾ ਰੂਬੀ ਨਿਕਲ ਗਈ, ਰੂਹ ਦੀ ਰੂਹ ਨਹੀਂ ਸਿਰਾਣੇ ਦੀ ਰੂਹ ਨਿਕਲ ਗਈ ਹੋਊਗੀ, ਉਹ ਫਿਰਦੀ ਖੇਡਦੀ ਬਾਂਟੇ। ਹੁਣ ਗੱਲ ਕਰਦੇ ਹਾਂ ਕਿਵੇਂ ਤੁਸੀਂ ਜਿੱਤ ਸਕਦੇ ਹੋ 2 VIP ਮੈਚ ਟਿਕਟਸ। 2 7 ਅਪ੍ਰੈਲ ਨੂੰ T20 ਲੀਗ ਦਾ ਮੈਚ ਹੈ, ਲਖਨਊ ਵਰਸਿਸ ਹੈਦਰਾਬਾਦ। ਤੁਸੀਂ ਕੁਛ ਨਹੀਂ ਕਰਨਾ, ਡਿਸਕ੍ਰਿਪਸ਼ਨ ਦਿੱਤੇ ਲਿੰਕ ਤੋਂ ਜਾ ਕੇ ਐਪ ਨੂੰ ਇੰਸਟਾਲ ਕਰਨਾ, My11 Circle ਐਪ ਨੂੰ ਜਾ ਕੇ ਟੀਮ ਬਣਾਉਣੀ ਹੈ, ਗਿਵਅਵੇ ਕੰਟੈਸਟ ਜੁਆਇਨ ਕਰੋ ਅਤੇ ਜਿੱਤੋ 15 ਅਪ੍ਰੈਲ ਦੇ ਲਖਨਊ ਵਰਸਿਸ ਪੰਜਾਬ ਮੈਚ ਦੇ VIP ਟਿਕਟਸ। ਮੈਂ ਗੱਲ ਦੱਸਦਾ, ਇਸ ਕੰਟੈਸਟ ਦੀ ਫੀਸ ਸਿਰਫ 1 ਰੁਪਈਆ ਹੈ, ਸਿਰਫ 1 ਰੁਪਈਆ। ਇਹ ਕੰਟੈਸਟ ਸਿਰਫ ਲਖਨਊ ਅਤੇ ਹੈਦਰਾਬਾਦ ਦੇ ਮੈਚ ਲਈ ਵੈਲਿਡ ਹੈ, ਸੋ ਇਹ ਮੇਰੇ ਸਬਸਕ੍ਰਾਈਬਰ ਲਈ ਹੈ ਅਤੇ ਮੇਰੇ ਡਿਸਕ੍ਰਿਪਸ਼ਨ ਅਤੇ ਕਮੈਂਟ ਦੇ ਪਿੰਨ ਕੀਤੇ ਤੋਂ ਹੀ ਲਿੰਕ ਮਿਲੂਗਾ, ਜਾਓ ਜਾ ਕੇ ਲਾਉਣ ਨਿਆਰੇ। ਟੂਰਨਾਮੈਂਟ ਦੇ ਹਰ ਮੈਚ 'ਚ ਮੈਗਾ ਕੰਟੈਸਟ ਜੁਆਇਨ ਕਰੋ ਅਤੇ ਸੈਕਿੰਡ ਪ੍ਰਾਈਜ਼ ਜਿੱਤੋ 1 ਕਰੋੜ ਰੁਪਏ। ਸੋਚੋ ਜੇ ਸੈਕਿੰਡ ਪ੍ਰਾਈਜ਼ 1 ਕਰੋੜ ਤਾਂ ਫਸਟ ਪ੍ਰਾਈਜ਼ ਕਿੰਨਾ ਹੋਊਗਾ? ਉਸ ਤੋਂ ਵੀ ਜ਼ਿਆਦਾ 20% ਐਕਸਟਰਾ ਕੈਸ਼ ਫਸਟ ਡਿਪੋਜ਼ਿਟ 'ਤੇ ਮਿਲੂਗਾ ਤੁਹਾਨੂੰ, ਨਾਲ ਹੀ ਮਿਲੂਗਾ 1500 ਰੁਪੀਸ ਦਾ ਬੋਨਸ ਕੈਸ਼। ਜਲਦੀ ਜਾਓ, ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਅਤੇ ਕਮੈਂਟ 'ਚ ਵੀ ਪਿੰਨ ਕੀਤਾ ਹੋਇਆ, ਇਹ ਸਿਰਫ ਮੇਰੇ ਸਬਸਕ੍ਰਾਈਬਰਸ ਲਈ ਹੈ ਅਤੇ ਮੇਰੇ ਦਿੱਤੇ ਡਿਸਕ੍ਰਿਪਸ਼ਨ ਲਿੰਕ ਤੋਂ ਹੀ ਐਕਟਿਵ ਹੋਊਗਾ। ਤੇਰੇ ਲਈ ਰੱਖਿਆ ਵੇ ਪੰਨ ਨੀ ਮੈਂ ਭਰ ਕੇ, ਛੱਤੀਆਂ ਤੇ ਤੱਕ ਵੇ ਤੇ ਮਾਡਲ ਬਣ ਗਈ, ਕਮਾਲ ਦੀ ਗੱਲ ਹੈ ਨਾ, ਵੈਸੇ ਫੈਨ ਤੋਂ ਕਦੋਂ ਮਾਡਲ ਬਣ ਗਈ ਪਤਾ ਹੀ ਨਹੀਂ ਚੱਲਿਆ, ਕਾਫੀ ਸਟਰਗਲ ਸੀ ਵੈਸੇ। ਚੰਗਾ ਭਲਾ ਨਹੀਂ ਖੜਿਆ ਤੇ ਅਮਲੀ ਕਿੱਥੇ ਖੜੂਗਾ?
ਐਕਟਿੰਗ ਨਾਈਸ ਹੈ। ਤੂੰ ਤਾਂ ਸੱਜਣਾ ਤੂੰ ਹੀ ਆ, ਕੋਈ ਤੇਰੀ ਜਗ੍ਹਾ ਨਹੀਂ। ਸੱਜਣਾ ਹੈ ਜਾਂ ਨਹੀਂ ਪਹਿਲਾਂ ਤਾਂ ਇਹ ਕਲੀਅਰ ਕਰੋ, ਕਦੇ ਸੱਜਣਾ ਹੈ ਨਹੀਂ, ਕਦੇ ਸੈਡ ਰੀਲਾਂ ਤੇ ਕਦਾ ਸੱਜਣਾ ਹੀ ਤੂੰ ਆ। ਸਮਝ ਨਹੀਂ ਆਉਂਦਾ ਆ ਸਟੈਪ ਹੈ ਜਾਂ ਵਾਲਸ ਕਰਨ ਦਾ ਤਰੀਕਾ, ਦੇਖੋ ਸਪਾ ਕਰਾਈ ਸੀ। ਦਿਲ ਦੇ ਵਰਕੇ ਤਾਂ ਠੀਕ ਆ, ਪਰ ਕਾਪੀ ਵਾਲੇ ਵਰਕਿਆਂ ਦਾ ਨਾਂ ਮਿਟੀ ਜਾਂਦਾ ਸੀ, ਚੱਲ ਕੀ ਰਿਹਾ? ਪਹਿਲਾਂ ਤਾਂ ਮੈਨੂੰ ਐਂ ਦੱਸ, ਇਹ ਵੱਟਾ ਇੱਥੇ ਰੱਖਿਆ ਕੀ ਨੇ? ਘਰ ਦੇ ਬਾਹਰ ਹੀ ਠੇਡਾ ਖਾ ਗਈ, ਜੇ ਬਾਜ਼ਾਰ ਜਾਣਾ ਪੈ ਜੇ ਤੇਰੇ ਗੋਡੇ ਲੈ ਜਾਣ। ਬਹੁਤ ਔਖਾ, ਕੁਝ ਨਹੀਂ ਆਇਆ ਤਾਂ ਬਹੁਤ ਕੁਝ ਉਹਦੇ ਪਿਆਰ ਤੋਂ, ਫੋਲੋਅਰਸ, ਲਾਈਕ, ਇੰਸਟਾਗ੍ਰਾਮ ਫੋਲੋਅਰ, ਯੂਟਿਊਬ ਸਬਸਕ੍ਰਾਈਬਰ, ਚੈਨਲ ਤੱਕ ਖੋਲ ਲਏ, ਹੋਰ ਕੀ ਚਾਹੀਦਾ ਸੀ? ਸਮਝ ਰਹੇ ਹੋ, ਸਮਝ ਰਹੇ ਹੋ, ਸਮਝ ਰਹੇ ਹੋ ਨਾ? ਕੱਲ ਵੇਖੀ, ਜਦੋਂ ਬੰਦੇ ਦੇ ਫੇਮ ਸਿਰ ਤੇ ਚੜ ਜਾਂਦਾ ਨਾ, ਉਦੋਂ ਰਿਸ਼ਤੇਦਾਰੀਆਂ ਘੱਟ ਮੈਟਰ ਕਰਦੀਆਂ ਮੇਰੇ ਹਿਸਾਬ ਨਾਲ, ਤੁਹਾਡੇ ਓਪੀਨੀਅਨ ਦਾ ਮੈਨੂੰ ਨਹੀਂ ਪਤਾ। ਹਾਂ, ਆਓ ਦੇਦੀ ਦੇ ਵਲੌਗਸ ਵੱਲ ਵੀ ਚੱਲੀਏ, ਇੰਸਟਾਗ੍ਰਾਮ ਤਾਂ ਫਰੋਲ ਲਿਆ, ਯੂਟਿਊਬ ਕਿਉਂ ਨਾ ਫਰੋਲੀ ਜਾਵੇ। ਅੰਗੇਜਮੈਂਟ ਦੀ ਤਿਆਰੀ ਵੈਰੀ ਸੂਨ, ਓ ਮਾਈ ਗਾਡ, ਛਤਲਿਆ ਦੁਬਾਰਾ, ਨਹੀਂ ਨਹੀਂ, ਅੰਗੇਜਮੈਂਟ ਅੰਗੇਜਮੈਂਟ ਹੋ ਰਹੀ ਹੈ ਇਕੱਲੀ, ਆਓ ਚੱਲੀਏ ਦੀਦੀ ਦੀ ਅੰਗੇਜਮੈਂਟ ਦੀ ਤਿਆਰੀ ਵੱਲ। ਤਿਆਰ ਕੌਣ ਹੋ ਰਿਹਾ? ਦੀਦੀ ਕਿਹਦੀ ਹੈ, ਵਿੱਚੋਂ ਜਾ ਕੇ ਪਤਾ ਲੱਗੂਗਾ। ਵੈਲਕਮ ਆ ਤੁਹਾਡੇ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ, ਤੇ ਪਾਪਾ ਚੱਲ ਗਏ ਹੋਏ ਆ ਆਪਣੇ ਕੰਮ, ਉਹਨਾਂ ਨੂੰ ਕੋਈ ਕੰਮ ਸੀਗਾ, ਮੰਮਾ ਅੰਦਰ ਕਿਚਨ 'ਚ ਲੱਗੇ ਹੋਏ ਆ। ਕਿਸੇ ਨੇ ਪੁੱਛਿਆ? ਨਹੀਂ, ਦੱਸਣਾ ਜ਼ਰੂਰੀ ਹੈ? ਨਹੀਂ, ਵਲੌਗ ਲੰਬਾ ਕਰਨਾ ਜ਼ਰੂਰੀ ਹੈ? ਹਾਂ, ਪੈਸੇ ਦਾ ਮਾਮਲਾ। ਤੇਰਾ ਸ਼ੈਂਪੂ ਕਿੱਥੇ ਆ ਡੈਡੀ? ਪੰਛਣ ਵੇ ਕਿੱਥੇ ਦੇ ਆਏ? ਤੂੰ ਬੈਠੋ ਅੱਗੇ, ਤੂੰ ਜੋ ਮਰਜੀ। ਉਹ ਫੈਰੀ ਦਾ ਸ਼ੈਂਪੂ, ਇਹ ਦੇਖੋ, ਕਿਤੇ ਨਹੀਂ ਜਾਣ ਦੇਣਾ, ਕਿਤੇ ਨਹੀਂ ਜਾਣ ਦੇਣਾ। ਅੰਗੇਜਮੈਂਟ ਦਾ ਵਲੌਗ ਹੈ ਤੇ ਕੁੱਤੇ ਨਵਾਏ ਜਾ ਰਹੇ ਆ, ਇਹਨੂੰ ਤਾਂ ਨੀ ਵਿਆਹੁਣ ਚੱਲੇ। ਹਾਂਜੀ ਗਾਈਸ, ਤੇ ਆਪਾਂ ਆ ਗਏ ਹੋਏ ਸੀਗੇ ਘਰੇ, ਆ ਗਏ ਹੋਏ ਸੀਗੇ ਘਰੇ, ਆਏ ਕਹਿ ਦੋ ਨਾ, ਘਰੇ ਆ ਗਏ ਹੋਏ ਸੀਗੇ, ਜਾਂਦੇ ਹੋਏ ਸੀਗੇ, ਫਿਰ ਰੋਟੀ ਖਾਂਦੇ ਹੋਏ ਸੀਗੇ, ਕੁੱਤੇ ਨੇ ਟੱਟੀ ਕਰ ਲਈ ਹੋ ਗਈ ਸੀਗੀ, ਮੇਰਾ ਸ਼ਿਵਮ ਤਾਂ ਅੰਜਲੀ ਦਾ, ਆਓ ਅੰਜਲੀ ਐਂਜਲ ਵਾਲਿਆ ਤੇ ਬਹੁਤ ਜ਼ਿਆਦਾ ਦਾ ਰਿਪਲਾਈ ਆਇਆ ਵੀ ਸਨੇਹਾ ਫਲੂ ਹੈਗਾ ਆ, ਮਤਲਬ ਫੈਲਿਆ ਹੋਇਆ ਅੱਜ ਕੱਲ੍ਹ ਮੌਸਮ ਦੇ ਕਰਕੇ ਆ, ਪਤਾ ਨਹੀਂ ਕੀ ਪ੍ਰੋਬਲਮ ਹੈ, ਮੇ ਬੀ ਵੈਦਰ ਇਸ਼ੂ ਕਰਕੇ ਆ। ਫਲੂ ਹੈਗਾ, ਵੈਦਰ ਇਸ਼ੂ, ਮੈਨੂੰ ਸਮਝ ਨਹੀਂ ਆਉਂਦੀ ਆਈਲੈਟਸ ਕੀਤੀ ਹੈ ਜਾਂ ਨਹੀਂ, ਪਹਿਲਾਂ ਤਾਂ ਐਂ ਦੱਸੋ। ਹਾਂਜੀ, ਉਹ ਵੈਦਰ ਇਸ਼ੂ ਸੀ ਤਾਂ ਕਰਕੇ। ਫਿਲਹਾਲ ਆਪਾਂ ਚੱਲੀਏ, ਮੈਂ ਦਵਾਈ ਲੈ ਆਈਏ ਪਹਿਲਾਂ। ਹਾਂਜੀ ਗਾਈਸ, ਗੁੱਡ ਮਾਰਨਿੰਗ, ਤੇ ਹੁਣ ਮੇਰੀ ਤਾਂ ਗੁੱਡ ਮਾਰਨਿੰਗ ਤਾਂ ਠੀਕ ਆ, ਪਰ ਤਿੰਨ ਵਾਰੀ ਕੱਪੜੇ ਬਦਲੇ ਹਜੇ ਤੱਕ ਅੰਗੇਜਮੈਂਟ ਦਾ ਤਿਆਰੀ ਸ਼ੇਰੀ ਨਹੀਂ ਆਈ, ਕੀ ਚੱਕਰ ਹੈ? ਕਿਹਨੂੰ ਤਿਆਰ ਹੋਣਾ ਕਹਿੰਦੇ, ਵਾਰ ਵਾਰ ਕੱਪੜੇ ਬਦਲੀ ਜਾਓ, ਅਗਲਾ ਦਿਨ ਚੜੀ ਜਾਵੇ। ਕਮਾਲ ਦੀ ਗੱਲ ਨਾ, ਇੱਕ ਵਲੌਗ ਸਾਲਾ ਤਿੰਨ ਦਿਨਾਂ 'ਚ ਬਣਦਾ, ਟੂ ਮੱਚ ਡਿਸਕਸਟਿੰਗ ਵਲੌਗ। ਕੁਛ ਲੈ ਕੇ ਆਉਣਾ, ਬਾਕੀ ਮੈਂ ਤੁਹਾਨੂੰ ਮਾਰਕੀਟ ਜਾ ਕੇ ਮਿਲਦੀ ਹਾਂ, ਤਬੀਅਤ ਠੀਕ ਨਹੀਂ ਸੀਗੀ ਉਹਦੇ ਕਰਕੇ ਰਾਤੀ ਮੈਡੀਸਿਨ ਲਿੱਤੀ, ਤੇ ਤਾਂ ਘਰੇ ਨਹੀਂ ਦੱਸਦੇ ਦਵਾਈ ਖਾਧੀ ਹੈ ਜਾਂ ਨਹੀਂ, ਪਰ ਨਹੀਂ ਵਲੌਗਾਂ 'ਚ ਦੱਸਣਾ ਜ਼ਰੂਰੀ ਹੈ, ਅਸੀਂ ਦਵਾਈ ਖਾਧੀ ਸੀ ਰਾਤੀ, ਪਰ ਫਰਕ ਨਹੀਂ ਪਿਆ। ਮੈਂ ਕਹਿੰਦਾ ਡਾਕਟਰ ਦਾ ਨੰਬਰ ਪਾ ਦਿਆ ਕਰੋ ਡਿਸਕ੍ਰਿਪਸ਼ਨ 'ਚ, ਸਬਸਕ੍ਰਾਈਬਰ ਗਾਲਾਂ ਕੱਢ ਲਿਆ ਕਰਨ, ਡਾਕਟਰ ਸਾਹਿਬ ਕੀ ਗੱਲ, ਸਾਡੀ ਦੀਦੀ ਦੇ ਵਲੌਗਾਂ 'ਚ ਮਜ਼ਾ ਨਹੀਂ ਆਈ ਜਾਂਦਾ, ਪਲੀਜ਼ ਗੋਲੀ ਟੱਟੀਆਂ ਵਾਲੀ ਚਾੜ ਦਿਓ ਇੱਕ ਹੋਰ।
ਦਿੱਤੀ ਤੇ ਆਲਰੇਡੀ ਲੇਟ ਉੱਠੀ ਆ। ਬਸ ਹੁਣ ਤਿਆਰ ਹੋ ਕੇ ਮਾਰਕੀਟ ਨੂੰ ਨਿਕਲਣਾ ਹੈ ਮੰਮਾ ਦੇ ਨਾਲ, ਬਹੁਤ ਸਾਰੇ ਕੰਮ ਹੈ ਕਰਨ ਵਾਲੇ ਤੇ ਆਪਾਂ ਹੁਣ ਜਾ ਕੇ ਮਿਲਦੇ ਆ ਮਾਰਕੀਟ। ਮਾਰਕੀਟ ਚ ਕਿਹਨੂੰ ਮਿਲਣਾ, ਕਿਹੜਾ ਸਬਸਕ੍ਰਾਈਬਰ ਹੈ ਜਿਹੜਾ ਤੈਨੂੰ ਮਾਰਕੀਟ ਚ ਮਿਲਣਾ ਆ ਰਿਹਾ? ਆਓ ਚੱਲੀਏ ਮਿਲਦੇ ਆ ਮਾਰਕੀਟ ਚ, ਆਓ। ਇੱਕ ਤਾਂ ਮਿਲਦੇ ਬੜਾ, ਕਦੇ ਮਾਰਕੀਟ ਚ ਮਿਲਦੇ ਆ, ਕਦੇ ਪਹਾੜਾਂ ਤੇ ਮਿਲਦੇ ਆ। ਓਏ ਪਿਊਸੀ ਕਹਾਂ ਜਾ ਰਹਾ ਹੈ? ਜੀ ਤਿਆਰੀਆਂ ਸ਼ੁਰੂ ਹੋ ਗਈਆਂ। ਵਾਹ ਜੀ ਵਾਹ, ਮੈਂ ਕਹਿੰਦਾ ਤੁਸੀਂ ਵੀ ਬੋਲੀਆਂ ਤਿਆਰ ਕਰ ਲਓ। ਵਾਹ, ਐਡਿਟ ਹੀ ਨਹੀਂ ਕਰਨਾ ਕੋਈ, ਮੈਂ ਕਿਹਾ ਫਾਸਟ ਕਰ ਦਿੰਦੇ ਆ, ਉਹ ਮਿਊਟ ਕਰਕੇ ਕੋਈ ਸਾਊਂਡ ਲਾ ਦਿਆ ਕਰੋ, ਮਾੜਾ ਜਿਹਾ ਫੈਂਸੀ ਕੰਮ ਹੋ ਜਾਂਦਾ। ਨਹੀਂ ਨਹੀਂ ਫੈਂਸੀ ਕੰਮ ਹੋ ਜਾਂਦਾ ਮਾੜਾ ਜਿਹਾ, ਠੱਕੀ ਵੀ ਨਾ। ਗੈਸ ਕਰਿਓ ਵੀ ਮੈਂ ਕੀ ਲਿੱਤਾ ਹੋਊਗਾ ਤਿੰਨਾਂ ਡਰੈਸਿਸ ਦੇ ਵਿੱਚੋਂ। ਲੋਕ ਅਜੇ ਕੌਣ ਬਣੇਗਾ ਕਰੋੜਪਤੀ, ਤੁਸੀਂ ਗੈਸ ਕਰੋ ਮੈਂ ਕੀ ਪਾਣਾ। ਓਏ ਅਸੀਂ ਕਿਉਂ ਗੈਸ ਕਰੀਏ, ਅਸੀਂ ਕੀ ਮੈਚਿੰਗ ਕਰਨੀ ਆ? ਤੁਸੀਂ ਗੈਸ ਕਰੋ ਯਾਰ। ਆਪਾਂ ਬਰਗਰ ਵੀ ਖਾਂਦੇ ਹਾਂ, ਐਂਡ ਸੱਚੀ ਦੱਸਾਂ ਤੁਸੀਂ ਮੈਕਡੀ ਖਾ ਲਓ, ਬਰਗਰ ਕਿੰਗ ਖਾ ਲਓ, ਕੁਛ ਵੀ ਖਾ ਲਓ, ਪਰ ਆ ਜਿਹੜੇ ਰੇੜੀ ਵਾਲੇ ਬਰਗਰ ਦਾ ਸਵਾਦ ਆ ਨਾ, ਇੱਕ ਤਾਂ ਬਰਗਰ ਹੀ ਨਹੀਂ ਦਿਸ ਰਿਹਾ, ਸਮਝ ਨਹੀਂ ਆਉਂਦੀ ਬਰਗਰ ਵਿਖਾਇਆ ਜਾਂ ਨੋ। ਗਾਇਸ ਸਬਸਕ੍ਰਾਈਬ ਕਰ ਦਿਓ, ਉਹ ਹਿਸਾਬ ਹੈ ਇਹਨਾਂ ਦਾ ਤਾਂ। ਤੇ ਥੱਲੇ ਮੇਰੀ ਆਵਾਜ਼ ਨਹੀਂ ਆਈ ਹੋਣੀ ਚੰਗੀ ਤਰ੍ਹਾਂ ਕਿਉਂਕਿ ਗਾਣੇ ਚੱਲ ਰਹੇ ਸੀਗੇ, ਇੱਥੇ ਮੈਂ ਬੋਲ ਸਕਦੀ ਹਾਂ। ਆਪਾਂ ਆਏ ਸੀਗੇ ਹੇਅਰ ਸਪਾ ਕਰਵਾਉਣ, ਤੁਸੀਂ ਦੇਖ ਸਕਦੇ ਆ ਮੈਂ ਪਿੱਛੇ ਹੇਅਰ ਕਲਰ ਵੀ ਕਰਵਾਇਆ ਸੀ, ਪਰ ਮੈਂ ਦਿਖਾਇਆ ਨਹੀਂ ਹੈਗਾ, ਵਲੌਗ ਨਹੀਂ ਬਣਾਇਆ ਕੋਈ ਸਪੈਸੀਫਿਕਲੀ ਇੱਦਾਂ। ਮਤਲਬ ਪਹਿਲੇ ਪ੍ਰੋਪਰ ਬਲੈਕ ਸੀਗੇ, ਹੁਣ ਹਲਕਾ ਜਿਹਾ ਕੈਰਮਲ ਜਿਹਾ ਟੋਨ ਲਿੱਤੀ ਆ। ਲਿੱਤੀ ਆ ਜਾਂ ਦਿੱਤੀ ਆ ਟੋਨ? ਠਰ ਕੀ ਓ ਲੈਫਟ ਯੇ ਵੋ ਬਾਤ, ਆਓ ਚੱਲੀਏ ਤਿਆਰੀਆਂ ਚ। ਬਹੁਤ ਜ਼ਿਆਦਾ ਐਕਸਾਈਟਿਡ ਨੇ ਇੰਗੇਜਮੈਂਟ ਲੁੱਕ ਦੇ ਲਈ, ਕੀ ਹਿਸਾਬ ਆ ਕਿਹਦੀ ਇੰਗੇਜਮੈਂਟ ਹੈ ਕੀ ਨਹੀਂ, ਸਾਨੂੰ ਬਹੁਤ ਜਲਦੀ ਪਤਾ ਲੱਗ ਜੂਗਾ। ਸਰਾ ਨਹੀਂ ਕਿਹਦੀ ਇੰਗੇਜਮੈਂਟ, ਇਹੀ ਤਾਂ ਤਰੀਕੇ ਵਿਊ ਖਾਂਦੇ। ਵੈਸੇ ਕੌਣ ਆ ਮਈਆਂ ਦਾ ਮਨਿਆਉਰਾ ਜਿਹੜੇ ਇਹਦੇ ਵਲੌਗ ਐਡਿਟ ਕਰੂਗਾ ਹੁਣ? ਕੋਈ ਫਾਇਦਾ ਨਹੀਂ ਦਿਖਾਉਂਦਾ। ਇਧਰ ਵੇਟੇਰੀਆਂ, ਓਏ ਮਾਈ ਗੋਡ, ਇਹ ਲੈ ਮੈਂ ਕਿੱਦਾਂ ਕਰਾਂ ਮੈਂ? ਜਿੰਨਾ ਕਪੜਾ ਉਨੀ ਜਗ੍ਹਾ ਘੱਟ ਹੈ, ਕਪੜੇ ਸੂਤ ਨਹੀਂ ਆਉਂਦੇ ਪਏ। ਵੈਸੇ ਕਮਾਲ ਦੀ ਗੱਲ ਹੈ ਨਾ, ਕਿੱਦਾਂ ਦੇ ਵਲੌਗ ਬਣਨ ਲੱਗ ਗਏ, ਲੋਕ ਘਰ ਛੱਡੋ, ਰਸੋਈਆਂ ਛੱਡੋ, ਅਲਮਾਰੀਆਂ ਤੱਕ ਫਰੋਲ ਲੈਂਦੇ ਆ। ਤਾਂ ਹੀ ਮੈਂ ਵਲੌਗ ਚੈਨਲ ਬੰਦ ਕਰਕੇ ਵਲੌਗ ਵੀ ਡਿਲੀਟ ਮਾਰ ਕੇ ਚਾਦਰ ਹੀ ਝਾੜਤੀ ਸਾਰੀ, ਪਤਾ ਨਹੀਂ ਲੱਗੇ ਕੀ ਹੈਗਾ ਸੀ ਤੇ ਕੀ ਨਹੀਂ ਸੀ। ਅੱਛਾ ਕੀ ਲਿਖਣਾ? ਮੈਂ ਕਿਹਾ ਮੇਰੇ ਦਾ ਨਾਮ ਲਿਖ ਦਿਓ। ਭਈਆ ਮੇਰੇ ਵੀ ਇਸਕਾ ਨਾਮ ਲਿਖ ਦੇਣਾ, ਠੀਕ ਹੈ? ਮੇਰਾ ਲਿਖਾਉਣਾ ਹੈ, ਮੈਂ ਇਹਦਾ ਨਾਂ ਲਿਖਾਉਣਾ ਹੈ। ਬਾਜ਼ਾਰ ਤਾਂ ਪਾਈ ਜਾਂਦੇ ਹੋ, ਕੌਣ ਬਣੇਗਾ ਕਰੋੜਪਤੀ ਵਾਲੀਆਂ, ਸਾਲਾ ਪੇਟੀਐਮ ਚ ਰੁਪਈਆ ਇੱਕ ਨਹੀਂ ਕਰਨਾ, ਜਿੱਤੇ ਦਾ ਫਾਇਦਾ ਵੀ ਨਹੀਂ ਕੋਈ। ਸਾਰੇ ਵਲੌਗ ਚ ਡੇਢ ਦੋ ਮਿੰਟ ਦੀ ਤਿਆਰੀ ਹੁੰਦੀ ਆ, ਬਾਕੀ ਤਾਂ ਪਤਾ ਹੀ ਨਹੀਂ ਕਿਵੇਂ ਬਣ ਜਾਂਦਾ, ਐਵੇਂ ਬਣ ਜਾਂਦਾ, ਗੱਲਾਂ ਮਾਰਨ ਨੂੰ ਵਲੌਗ ਕਹਿ ਦਿੰਦੇ ਆ। ਚੱਲੀਏ ਦੀਦੀ ਦੀ ਇੰਗੇਜਮੈਂਟ ਵੱਲ, ਫਾਈਨਲੀ ਇੰਗੇਜਮੈਂਟ ਡੇ, ਜੀਜਾ ਵੇਖਾਂਗੇ। ਇਹਦੀ ਨਹੀਂ ਸੀ ਤਿਆਰੀਆਂ, ਤਾਂ ਐਂ ਕਰ ਰਹੀ ਸੀ ਜਿਵੇਂ ਇਹਦਾ ਵਿਆਹ ਹੁੰਦਾ। ਹਾਏ ਰੱਬਾ, ਬੇੜਾ ਡਾਊਨਲੋਡ ਕਰ ਲਿਓ ਤੇ ਟੀਮ ਬਣਾਉਣੀ ਨਾ ਭੁੱਲਿਓ। ਗੇਵੇ ਕੰਟੈਸਟ ਜੁਆਇਨ ਕਰੋ ਤੇ ਜਿੱਤੋ 15 ਅਪ੍ਰੈਲ ਦੇ ਲਖਨਊ ਵਰਸਿਸ ਪੰਜਾਬ ਮੈਚ ਦੇ VIP ਟਿਕਟਸ, ਤੇ ਜਿੱਤੋ 2nd ਪ੍ਰਾਈਜ਼ 1 ਕਰੋੜ ਤੇ 1st ਪ੍ਰਾਈਜ਼ ਤਾਂ ਉਸ ਤੋਂ ਵੀ ਵੱਡਾ 20% ਐਕਸਟਰਾ ਕੈਸ਼।
ਫਸਟ ਡਿਪੋਜ਼ਿਟ ਤੇ ਮਿਲੂਗਾ ਤੁਹਾਨੂੰ, ਨਾਲ ਹੀ ਮਿਲੂਗਾ 1500 ਰੁਪਏ ਦਾ ਬੋਨਸ ਕੈਸ਼। ਜਲਦੀ ਜਾਓ, ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਤੇ ਕਮੈਂਟ 'ਚ ਵੀ ਪਿੰਨ ਕੀਤਾ ਹੋਇਆ, ਜਾ ਕੇ ਐਪ ਨੂੰ ਇੰਸਟਾਲ ਕਰੋ।